ਹੁਣ ਆਪਾਂ ਰਿਕੁਐਸਟ ਕਰਦੀ ਹੈ ਸਾਰੇ ਵਾਰੀਅਰਸ ਨੂੰ, ਵਾਰੀਅਰਸ ਤੁਸੀਂ ਬਹੁਤ ਇੱਜ਼ਤਾਂ ਬਚਾ ਲਈਆਂ ਨੇ, ਉਹ ਟਰਾਲਾ ਚਲਾ ਰਹੇ ਨੇ, ਉਹ ਭਾਈ ਤੁਸੀਂ ਲੱਤੜ ਦੋਗੇ ਕਿਸੇ ਨੂੰ। ਦੁਬਈ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਇੱਜ਼ਤ ਬਚਾਓ। ਵੈਲਕਮ ਆ ਜੀ ਤੁਹਾਡਾ ਸਾਡੇ ਡੂਬਰੋ ਵਲੌਗ ਦੇ ਵਿੱਚ। ਚੈਨਲ ਆ ਯੂਟਿਊਬ ਦੇ ਉੱਤੇ, ਤੁਸੀਂ ਇੰਸਟਾਗ੍ਰਾਮ 'ਤੇ ਵੀ ਇਹਨੂੰ ਫਾਈਂਡ ਆਊਟ ਕਰ ਸਕਦੇ ਹੋ, ਡੂਬਰੋ ਵਲੌਗਸ, ਔਰ ਫੇਸਬੁੱਕ 'ਤੇ ਵੀ, ਟਿਕਟੋਕ 'ਤੇ ਵੀ ਸੇਮ ਨਾਮ ਦੇ ਨਾਲ ਚੈਨਲ ਆ ਆਪਣਾ। ਅਤੇ ਸਲੇਮੇ ਦਾ, ਸੈਲ ਮੁਹੰਮਦ ਆ, ਇਹ ਵੀ ਸਾਰਾ ਸਾਰਾ ਕੰਬਾਈਨ ਹੀ ਆ ਸਾਡਾ, ਮਤਲਬ ਇੱਕ ਪਰਿਵਾਰ ਹੀ ਇੱਕ ਤਰ੍ਹਾਂ ਦਾ, ਇੱਕ ਟੱਬਰ ਮਤਲਬ। ਉਹ ਇੱਕ ਟੱਬਰ ਨਾਮ ਵਧੀਆ ਵੈਸੇ, ਹੈ ਨਾ, ਕਾਹਦਾ ਰੱਖੇਗਾ ਨਵੇਂ ਪੋਡਕਾਸਟ ਚੈਨਲ ਦਾ ਹੈ। ਅਤੇ ਸਾਰਿਆਂ ਨੂੰ ਪਤਾ ਹੀ ਆ ਇਹ ਛੋਟਾ ਭਰਾ ਅਤੇ ਆਪਣਾ ਵੱਡਾ ਭਰਾ, ਇਹ ਵੱਡਾ ਭਰਾ ਹੈ। ਅਤੇ ਗੱਲ ਕਰਨੀ ਆਪਾਂ ਰਿਗਾਰਡਿੰਗ ਛੋਟੇ, ਅੱਜ ਕੱਲ੍ਹ ਯਾਰ ਉਹ ਦੁਬਈ ਦੇ ਵਿੱਚ, ਦੁਬਈ ਦੇ ਵਿੱਚ ਮੈਟਰ ਚੱਲਿਆ ਅੱਜ ਕੱਲ੍ਹ, ਮਸੀਹੇ ਬਹੁਤ ਆਏ ਹੋਏ ਨੇ, ਮਤਲਬ ਮਸੀਹੇ ਇਨ ਦਾ ਸੈਂਸ ਪੰਜਾਬੀ ਜਿਹੜੀ ਕਮਿਊਨਿਟੀ ਆਪਣੀ ਇੱਥੇ ਦੁਬਈ ਦੇ ਵਿੱਚ, ਹੈ ਨਾ। ਅਤੇ ਉਹ ਕਮਿਊਨਿਟੀ ਦੇ ਵਿੱਚੋਂ ਕੁਛ ਕੁ ਬੰਦੇ, ਤੈਨੂੰ ਪਤਾ ਆਪਾਂ ਵੀ ਪੰਜਾਬ ਤੋਂ, ਆਪਾਂ ਵੀ ਪੰਜਾਬੀ, ਅਤੇ ਉਹ ਕਮਿਊਨਿਟੀ ਦੇ ਬੰਦੇ ਇੱਥੇ ਆਏ ਨੇ ਅੱਜ ਕੱਲ੍ਹ। ਜਦੋਂ ਵੀ ਟਿਕਟੋਕ ਖੋਲਦੇ ਹਾਂ ਇੱਥੇ, ਦੁਬਈ ਦੇ ਵਿੱਚ ਟਿਕਟੋਕ ਚੱਲਦੀ ਆ, ਇੰਡੀਆ 'ਚ ਨਹੀਂ, ਇੰਡੀਆ ਦੇ ਵਿੱਚ ਬੈਨ ਆ, ਹੈ ਨਾ, ਬੈਨ ਆ। ਅਤੇ ਜਦੋਂ ਵੀ ਟਿਕਟਾਂ ਖੋਲਦੇ ਹਾਂ ਆਪਾਂ, ਇਹ ਕੀ ਕੰਜਰਖਾਨਾ ਜਿਹਾ ਚੱਲੀ ਜਾ ਰਿਹਾ, ਮਤਲਬ ਕੀ ਕਹਿੰਦਾ ਉਹਨੂੰ, ਮਤਲਬ ਕੀ ਆ ਉਹ ਚੀਜ਼, ਹੈ ਮੈਨੂੰ ਸਮਝ ਨਹੀਂ। ਜਦੋਂ ਵੀ ਟਿਕਟੋਕ ਓਪਨ ਕਰ ਲਾਈਵ, ਹਾਂ, ਪਤਾ ਨਹੀਂ ਇਹ ਲੋਕ ਕੰਮ ਕਾਰ ਨਹੀਂ ਕਰਦੇ, ਹਾਂ, ਪਤਾ ਨਹੀਂ ਛੁੱਟੀਆਂ ਲਈਆਂ, ਹਾਂ, ਇਹਨਾਂ ਨੂੰ ਵਿਹਲਿਆਂ ਨੂੰ ਮਿਲਦੇ ਆ, ਹਾਂ, ਸਮਝ ਨਹੀਂ ਆਉਂਦੀ। ਚੱਲ ਉਹ ਵੀ ਵੱਖਰੀ ਗੱਲ, ਅਗਲੇ ਦੀ ਆਪਦੀ ਜੇਬ ਆਪਦਾ ਝੱਲਣਾ, ਹਾਂ, ਬਟ ਜਦੋਂ ਟੋਪਿਕ ਜਿਹੜਾ ਚੱਲਦਾ ਮੋੜ ਘੋੜ ਕੇ, ਉਹਦਾ ਨਿਕਲਦਾ ਕੀ ਆ, ਕੁਛ ਵੀ ਨਹੀਂ। ਹਾਂ, ਤੂੰ ਵੀ ਦੇਖਦਾ, ਮੈਂ ਵੀ ਦੇਖਦਾ। ਚੱਲ ਮੈਂ ਤੈਨੂੰ ਸਵਾਲ ਕਰਦਾ ਇੱਕ ਮਿੰਟ, ਹਾਂ, ਇੱਕ ਸਵਾਲ ਆ ਮੇਰੇ ਦਿਲ ਵਿੱਚ, ਠੀਕ ਆ। ਮੈਂ ਸੋਸ਼ਲ ਮੀਡੀਆ 'ਤੇ ਡੇਲੀ, ਆਪਾਂ ਕਰ ਲੈਂਦੇ ਜੋ, ਮਤਲਬ ਅੱਜ ਕੱਲ੍ਹ ਜੋ ਚੱਲ ਰਿਹਾ ਵਾ ਉਹ ਸਾਰਾ ਸਾਰਾ ਸਾਨੂੰ ਖੇਡ ਪਤਾ, ਉਹ ਡਰਾਮੇਬਾਜ਼ੀ ਚੱਲਦੀ ਆ, ਠੀਕ ਆ, ਕਿਉਂਕਿ ਲਾਈਵ ਹੋਣਾ ਤੁਸੀਂ, ਇੱਕ ਤੁਹਾਨੂੰ ਇੱਕ ਐਕਸਾਈਟਮੈਂਟ ਚਾਹੀਦੀ ਹੈ ਨਾ, ਸ਼ਾਮੀ ਬੰਦਾ ਥੱਕਿਆ ਟੁੱਟਿਆ 8-10 ਘੰਟੇ 12-14 ਘੰਟੇ ਕੰਮ ਕਰਕੇ ਮਰ ਕੇ, ਜਦੋਂ ਸ਼ਾਮ ਨੂੰ ਘਰੇ ਨਹਾ ਕੇ ਬਹਿੰਦਾ ਟੇਬਲ 'ਤੇ, ਉਹਨੂੰ ਕੁਛ ਐਂਟਰਟੇਨਮੈਂਟ ਲਈ ਕੋਈ ਚੀਜ਼ ਚਾਹੀਦੀ, ਚੀਜ਼ ਚਾਹੀਦੀ ਆ ਵੀ ਮੈਂ ਘਰੇ ਮੁੜਾਂ, ਘਰੇ ਮੁੜਾਂ, ਹਾਂ, ਕਿਹਦੇ ਲਈ, ਦਿਮਾਗ, ਇਹ ਸਾਰੇ ਸੈਂਟੀਮੈਂਟਸ ਨੇ, ਮਤਲਬ ਹੈ ਨਾ। ਅਤੇ ਉਹ ਬੰਦਾ ਉਹ ਚੀਜ਼ ਨੂੰ ਵੀ, ਹੁਣ ਮੇਰੇ ਦਿਮਾਗ 'ਚ ਹੈ ਵੀ ਮੈਂ ਮਸੀਹਾ ਬਣਦਾ ਇੱਥੇ, ਹੈ ਨਾ, ਅਤੇ ਮੈਨੂੰ ਜਾ ਕੇ ਮੈਂ ਲਾਈਵ ਹੋਊਂਗਾ ਅਤੇ ਮੈਂ ਦੁਬਈ ਦੇ ਵਿੱਚ ਜਿਹੜੀਆਂ ਕੁੜੀਆਂ ਨੇ, ਹਾਂ, ਮੈਂ ਉਹਨਾਂ ਦੀ ਇੱਜ਼ਤ ਬਚਾਊਂਗਾ, ਸਮਝ ਗਿਆ, ਸਮਝ ਗਿਆ, ਮੈਂ ਉਹਨਾਂ ਦੀ ਇੱਜ਼ਤ ਬਚਾਊਂਗਾ। ਅੱਛਾ, ਮੇਰੇ ਸਵਾਲ, ਮੇਰੇ ਸਵਾਲ ਆ ਕੁਛ, ਠੀਕ ਹੈ। ਚੱਲ ਮੈਂ ਉਹ ਬੰਦਾ ਵਾਂ, ਮੈਂ ਮਸੀਹਾਂ ਦੁਬਈ ਦਾ, ਠੀਕ ਆ, ਮੈਂ ਪੰਜਾਬ ਤੋਂ ਆਇਆ, ਓਕੇ, ਆ ਗਿਆ ਇੱਥੇ, ਮੈਂ ਕੋਈ ਜਾਂ ਸਿਕਿਉਰਿਟੀ ਗਾਰਡ ਦੀ ਜੋਬ ਕਰ ਰਿਹਾ, ਮੈਂ ਕੋਈ ਲੇਬਰ ਕਰ ਰਿਹਾ, ਕੁਛ ਵੀ ਕਰ ਰਿਹਾ, ਕੰਮ ਛੋਟਾ ਕੋਈ ਵੱਡਾ ਨਹੀਂ, ਮੈਂ ਦੱਸਦਾ ਵੀ ਮੈਂ ਕੰਮ ਕਰ ਰਿਹਾ, ਕੰਮ ਕਰ ਰਿਹਾ, ਕੁਛ ਵੀ ਲਾ, ਕੰਮ ਕਰ ਰਿਹਾ। ਅਤੇ ਮੈਂ ਸੋਸ਼ਲ ਮੀਡੀਆ 'ਤੇ ਕੁਛ ਟਿਕਟੋਕ ਦੇਖਦਾ ਕੁੜੀਆਂ ਬਾਰੇ, ਠੀਕ ਹੈ, ਠੀਕ ਹੈ, ਉਹ ਕੁੜੀਆਂ ਕਰ ਰਹੀਆਂ ਨੇ ਪਾਕਿਸਤਾਨੀ ਨਾਲ ਚੈਟ ਕਰ ਰਹੀਆਂ, ਇੰਡੀਅਨਸ ਨਾਲ ਚੈਟ ਕਰ ਰਹੀਆਂ, ਜਾਂ ਉਹ ਇਬਨ ਬਤੂਤਾ ਮੌਲ ਬਾਹਾਂ 'ਚ ਬਾਹਾਂ ਪਾ ਕੇ ਘੁੰਮ ਰਹੀਆਂ ਨੇ, ਹੈ ਨਾ। ਤਾਂ ਮੈਂ ਉਹਨਾਂ ਨੂੰ ਬਚਾਉਣਾ ਚਾਹੁੰਦਾ ਸਲੀਮ, ਮੈਂ ਸਮਝ ਰਿਹਾ ਨਾ ਫੀਲਿੰਗ ਮੇਰੀ, ਮੈਂ ਮਸੀਹਾ ਬਣਨਾ ਚਾਹੁੰਦਾ, ਮੈਂ ਉਹ ਕੁੜੀਆਂ ਨੂੰ ਬਚਾਊਂਗਾ। ਅਤੇ ਉਹ ਬਚਾਉਣ ਲਈ ਮੈਂ ਇੱਕ ਗਰਦ ਠਾ ਦਿੰਦਾ ਟਿਕਟੋਕ 'ਤੇ, ਬਈ ਸੁਧਰ ਜਾਓ, ਠੀਕ ਆ, ਤੁਸੀਂ ਸੁਧਰ ਜਾਓ, ਹੈ ਨਾ, ਅਤੇ ਨਹੀਂ ਤਾਂ ਮੈਂ ਬਹੁਤ ਬੁਰੀ ਕਰੂੰ ਤੁਹਾਡੇ ਨਾਲ। ਅੱਛਾ, ਠੀਕ ਆ, ਹੁਣ ਹੁਣ ਤੂੰ ਹੈਗਾ ਇੱਕ ਆਡੀਅੰਸ, ਹਾਂ, ਤੇ ਤੈਨੂੰ ਸਾਰੀ ਸਮਝ ਆ, ਮੈਂ ਸਾਰੀ ਸਮਝ, ਹੁਣ ਤੂੰ ਮੇਰੀ ਮੈਨੂੰ ਮੇਰੇ ਬਾਰੇ ਦੱਸ, ਮੈਨੂੰ ਇੱਕ ਹੀ ਗੱਲ ਆਉਂਦੀ ਆ, ਮੈਂ ਕਿਹੜੇ ਡਿਸੀਜਨ 'ਤੇ ਪਹੁੰਚਣਾ ਵਾ, ਇਹਦਾ ਮਕਸਦ ਕੀ ਆ, ਹੈ ਨਾ। ਉਦੋਂ ਪਹਿਲਾਂ ਮੈਨੂੰ ਸਿਰਫ ਇੱਕ ਹੀ ਗੱਲ ਆਉਂਦੀ ਆ ਮੂਹਰੇ, ਹਾਂ ਦੱਸ, ਤੂੰ ਕੌਣ, ਮੈਂ ਮਤਲਬ ਬੀਇੰਗ ਸੋਸ਼ਲ ਮਸੀਹਾ, ਹਾਂ, ਮੈਂ ਕੌਣ, ਮੈਂ ਕੁਛ ਵੀ ਨਹੀਂ, ਮਤਲਬ ਮੈਂ ਮਸੀਹਾ ਆਪ ਦੇ ਜ਼ਰੀਏ 'ਚ ਮੈਂ ਦਿਮਾਗ 'ਚ ਮਸੀਹਾ ਬਣ ਚੁੱਕਿਆ। ਤੇ ਕਿਉਂ ਆ, ਤੂੰ ਕੌਣ ਆ, ਤੇ ਕਿਉਂ ਆ, ਕਿਉਂ ਕਰਨਾ ਚਾਹੁੰਦਾ, ਤੇ ਜੇ ਮਸੀਹਾ ਵਾ ਫਿਰ ਓਨਲੀ ਕੁੜੀਆਂ ਹੀ ਕਿਉਂ, ਪਰ ਮੁੰਡੇ ਵੀ, ਮੁੰਡੇ ਗਲਤ ਨਹੀਂ ਗੇ, ਮੁੰਡੇ ਗਾਲਾਂ ਨਹੀਂ ਕੱਢ ਰਹੇ, ਮੁੰਡੇ ਇੱਥੇ ਜੋ ਪੰਜਾਬ 'ਚ ਜਿਹੜਾ ਕੁਛ ਛੱਡ ਕੇ ਆਏ ਇੱਥੇ ਆ ਕੇ ਕਰ ਨਹੀਂ ਰਹੇ ਸੇਮ ਚੀਜ਼ਾਂ, ਹਾਂ ਬਿਲਕੁਲ ਹੋ ਰਹੀਆਂ ਨੇ। ਤੁਹਾਨੂੰ ਮੁੰਡੇ ਆ ਜਿਹੜੇ ਉੱਥੋਂ ਆ ਗਏ ਪੰਜਾਬ ਦੇ ਚੋਂ, ਸੇਮ ਉਹੀ ਚੀਜ਼ ਹੋ ਰਹੀ ਆ। ਅਗਰ ਤੁਸੀਂ ਕਹੋ ਡਿੱਟੋ ਸਾਰਾ, ਅਗਰ ਤੁਸੀਂ ਕਹੋ ਵੀ ਕੁਛ ਨਾਮ ਨਹੀਂ ਲੈਣਾ ਚਾਹੁੰਦੇ, ਕੁਛ ਲੈ ਰਿਹਾ ਬੰਦਾ, ਨਸ਼ਾ ਕਰ ਰਿਹਾ ਜਾਂ ਅਯਾਸ਼ੀ ਮਾਰ ਰਿਹਾ, ਤਾਂ ਮੁੰਡੇ ਵੀ ਆ, ਮੁੰਡੇ ਵੀ ਆ, ਨੋਟ ਓਨਲੀ ਕੁੜੀਆਂ, ਠੀਕ ਹੈ।
ਲੇਕਿਨ ਚੱਲ ਠੀਕ ਹੈ ਮੁੰਡੇ ਵੀ ਆ ਸਾਡੇ ਮੈਂ ਮਤਲਬ ਮੈਂ ਕੀ ਕਰ ਲੂੰਗਾ ਮੈਂ ਦੁਬਈ ਦੇ ਵਿੱਚ ਬੈਠਾ ਔਰ ਇੱਥੇ ਤੈਨੂੰ ਪਤਾ ਰੂਲਸ ਐਂਡ ਰੈਗੂਲੇਸ਼ਨ ਇੱਥੇ ਉਂਗਲ ਨਹੀਂ ਕਰ ਸਕਦਾ ਪੋਜ਼ਿਟਿਵ ਚੱਲੀਏ ਵੀ ਗੁੱਸਾ ਆਉਂਦਾ ਵਾ ਜਿਹੜੀ ਗੱਲ ਤੇ ਮੁੰਡੇ ਬੋਲੇ ਵੀ ਆ ਗੁੱਸਾ ਆਉਂਦਾ ਵਾ ਕੁਝ ਜ਼ਿਆਦਾ ਹੀ ਗੰਦ ਪੈ ਰਿਹਾ ਬਟ ਜੋ ਆਪਾਂ ਲਾਈਵ ਹੋ ਕੇ ਬਹਿ ਕੇ ਝੱਗਾ ਚੱਕਿਆ ਆਪਦਾ ਢਿੱਡ ਨੰਗਾ ਓਦਾਂ ਕਰਕੇ ਕੋਈ ਫਾਇਦਾ ਨੀ ਗਾ ਕੋਈ ਪਹਿਲੀ ਤਾਂ ਕਤੁੱਕ ਬਣਦੀ ਨੀ ਆਪਾਂ ਧੱਕੇ ਨਾਲ ਕਿਸੇ ਨੂੰ ਰੋਕ ਸਕੀਏ ਹਾਂ ਤੁਸੀਂ ਆਪਦੇ ਵੱਲੋਂ ਜਿਵੇਂ ਸਾਡੇ ਦਿਲ ਚ ਵੀਡੀਓ ਪਾ ਰਹੇ ਹਾਂ ਤੁਹਾਨੂੰ ਸੁਣਨਾ ਤੁਸੀਂ ਮੰਨਣਾ ਤੁਹਾਡੀ ਮਰਜ਼ੀ ਤੁਹਾਡੀ ਮਰਜ਼ੀ ਮੈਂ ਤੁਹਾਨੂੰ ਆਏ ਨੀ ਕਹਿ ਸਕਦਾ ਤੂੰ ਕਰੇਗਾ ਤੂੰ ਕਰੇਗੀ ਜਿਹੜੇ ਰਾਹ ਤੇ ਅਸੀਂ ਤੁਰ ਪਏ ਹੁਣ ਕਿਹੜੇ ਰਾਹ ਤੇ ਮਤਲਬ ਉਹ ਬੰਦਾ ਕਹਿਣ ਲੱਗਾ ਜਿਹੜੇ ਅਸੀਂ ਉਹ ਰਾਹ ਤੇ ਤੁਰ ਪਏ ਕਿਹੜੇ ਰਾਹ ਤੇ ਕੀ ਮਤਲਬ ਮੀਨਿੰਗ ਕੀ ਹੈ ਕਿਹੜੇ ਰਾਹ ਤੇ ਤੁਰ ਪਏ ਮਤਲਬ ਤੁਸੀਂ ਕੁੜੀਆਂ ਹੁਣ ਵਿੱਚੋਂ ਹੀ ਅਸੀਂ ਦੇਖਦੇ ਹਾਂ ਸਰਚ ਆਊਟ ਕਰਦੇ ਹਾਂ ਸਾਰੀ ਲਾਈਵ ਦੇਖਦੇ ਹਾਂ ਦੁਨੀਆ ਦੇਖਦੀ ਆ ਇਟ ਡਜ਼ਨਟ ਮੀਨ ਕਿ ਬਲਾਈਂਡਲੀ ਕੋਈ ਆਉਂਦਾ ਜਦੋਂ ਇੱਕ ਸੋਸ਼ਲ ਮੀਡੀਆ 'ਤੇ ਤੁਸੀਂ ਆ ਗਏ ਬੰਦਾ ਲਾਈਵ ਦੇਖਦਾ ਸਾਰਾ ਕੁਛ ਅਸੀਂ ਦੇਖਦੇ ਹਾਂ ਦੇਖਣ ਤੋਂ ਬਾਅਦ ਅਸੀਂ ਸਾਨੂੰ ਮਤਲਬ ਗੁੱਸਾ ਚੜ੍ਹ ਰਿਹਾ ਚੀਜ਼ ਦਾ ਹੈ ਨਾ ਵੀ ਕਿਹੜੇ ਰਾਹ 'ਤੇ ਤੁਰ ਪਏ ਤੁਸੀਂ ਕੀ ਕਰ ਲਓਗੇ ਤੁਸੀਂ ਕੁਛ ਵੀ ਨਹੀਂ ਕੀ ਕਰ ਲਓਗੇ ਤੁਸੀਂ ਕੁਛ ਵੀ ਨਹੀਂ ਕਰ ਸਕਦੇ ਯਾਰ ਤੁਹਾਨੂੰ ਮੈਂ ਦੱਸਦਾ ਕਰਨ ਦੀ ਗੱਲ ਤੱਕ ਰੀਸੈਂਟਲੀ ਕਿਸੇ ਦੀ ਵੀਡੀਓ ਵਾਇਰਲ ਹੋਈ ਸੀ ਨਿਊਡ ਮਤਲਬ ਕਪਲ ਦੀ ਆਪਾਂ ਗੱਲ ਮਤਲਬ ਕਰ ਲੈਂਦੇ ਹਾਂ ਹਨਾ ਕਪਲ ਦੀ ਵੀਡੀਓ ਵਾਇਰਲ ਹੋਈ ਸੀ ਉਹਦਾ ਕੀ ਕਰ ਲਿਆ ਜਨਤਾ ਨੇ ਜਾਂ ਉਹ ਕੀ ਹੋ ਗਏ ਨੇ ਮਤਲਬ ਉਹਨਾਂ ਨੂੰ ਜਨਤਾ ਬੜੇ ਬੜੇ ਸੈਲੀਬ੍ਰਿਟੀਆਂ ਦਾ ਉਹਨਾਂ ਦਾ ਟਵੀਟ ਆ ਗਏ ਸੀਗੇ ਕਿ ਤੁਸੀਂ ਹਟ ਜਾਓ ਉਹਨਾਂ ਦਾ ਮਜ਼ਾਕ ਬਣਾਉਣੋ ਜਾਂ ਉਹਨਾਂ ਨੂੰ ਟੋਰਚਰ ਕਰਨੋ ਉਹ ਮਰ ਜਾਣਗੇ ਉਹ ਪਾ ਰਹੇ ਨੇ ਬਲੌਗ ਆਪਦਾ ਉਹ ਤੋਂ ਵੱਧ ਕੇ ਆਇਆ ਮਰ ਨਹੀਂ ਅਗਰ ਅਗਰ ਇਹ ਫਰਸਟ੍ਰੇਸ਼ਨ ਹੁੰਦੀ ਹੈ ਮੈਂ ਦੱਸਾਂ ਲਈ ਮੈਂ ਤੈਨੂੰ ਇਹ ਫਰਸਟ੍ਰੇਸ਼ਨ ਆ ਉੱਥੋਂ ਬੰਦਾ ਇੱਕ ਉਮੀਦ ਲੈ ਕੇ ਇੱਥੇ ਆਉਂਦਾ ਓਕੇ ਠੀਕ ਹੈ ਦੁਬਈ ਦੇ ਵਿੱਚ ਮੋਸਟਲੀ ਕੋਈ ਬਿਲੀਅਨਰ ਤਾਂ ਮਿਲੀਅਨਰ ਉਹ ਆਉਂਦੇ ਆ ਆਪਾਂ ਨੂੰ ਦਿਖ ਜਾਂਦੇ ਆ ਡਾਊਨ ਟਾਊਨ ਏਰੀਏ 'ਚ ਉਹ ਵੱਡੇ ਲੋਕ ਆਪਾਂ ਹੈਗੇ ਮਿਡਲ ਕਲਾਸ ਔਰ ਉਹ ਤੋਂ ਥੱਲੇ ਵਾਲੀ ਲੈਣ ਵਾਲੇ ਗਰੀਬ ਲੋਕ ਤਾਂ ਜੋ ਇੱਥੇ ਸਸਤਾ ਆ ਜਾਂਦਾ ਬੰਦਾ ਈਜ਼ੀ ਬਣ ਜਾਂਦਾ ਠੀਕ ਹੈ ਅਤੇ 12-14 ਘੰਟੇ ਮਿਹਨਤ ਕਰਨ ਤੋਂ ਬਾਅਦ ਮੈਨੂੰ ਇੱਕ ਉਹ ਚੀਜ਼ ਚਾਹੀਦੀ ਹੈ ਕਿ ਯਾਰ ਮੈਂ ਕੁਛ ਐਂਟਰਟੇਨ ਕਰ ਸਕਾਂ ਠੀਕ ਹੈ ਐਂਟਰਟੇਨ ਕਰ ਸਕਾਂ ਅਗਰ ਇੱਕ ਕੁੜੀ ਵੀਕਐਂਡ 'ਤੇ ਜਾਂ ਕਿਸੇ ਨਾਲ ਔਨਲਾਈਨ ਈਜ਼ੀ ਹੋ ਗਿਆ ਤੁਹਾਡੇ ਹੱਥ ਦੇ ਵਿੱਚ ਸੋਸ਼ਲ ਮੀਡੀਆ ਆ ਗਿਆ ਯਾਰ ਤੁਸੀਂ ਔਨਲਾਈਨ ਹੋ ਗਏ ਕੀ ਰਹਿ ਗਿਆ ਠੀਕ ਹੈ ਨਾ ਸਾਨੂੰ ਵੀ ਉਹ ਕੁੜੀਆਂ ਦੀ ਮੈਂ ਸਪੋਰਟ ਨਹੀਂ ਕਰ ਰਿਹਾ ਜਾਂ ਨਾ ਇਹ ਕਰ ਰਿਹਾ ਜਿਹੜੀਆਂ ਲਾਈਵ ਹੋ ਕੇ ਸਿੱਧੀਆਂ ਨਿਊਡ ਗੱਲਾਂ ਕਰਦੀਆਂ ਨੇ ਠੀਕ ਹੈ ਜਾਂ ਸਿੱਧਾ ਆਪਾਂ ਕਰ ਉਹਨਾਂ ਦਾ ਵੀ ਕੁਛ ਨਹੀਂ ਸਕਦੇ ਅਗਰ ਆਪਾਂ ਮਸੀਹੇ ਬਣੀਏ ਨਾ ਜਾਂ ਇਹ ਮਸੀਹਾ ਬਣੇ ਯਾਰ ਬਾਈ ਉਹ ਤਾਂ ਗਲਤ ਬੋਲਦੀਆਂ ਫਿਰ ਯਾਰ ਉਹ ਤਾਂ ਸ਼ਰੇਆਮ ਗੰਦੀਆਂ ਗੱਲਾਂ ਕਰਦੀਆਂ ਨੇ ਹਨਾ ਤੇ ਕਰ ਨਾ ਮੈਂ ਕੁਛ ਸਕਦਾ ਨਾ ਇਹ ਸਕਦਾ ਨਾਲੇ ਜਿਹੜੇ ਲਾਈਵ ਹੋ ਕੇ ਬਹਿੰਦੇ ਆ ਨਾ ਕੁਛ ਨਹੀਂ ਕਰ ਸਕਦੇ ਜਸਟ ਮੈਂ ਐਡ ਕਰਨਾ ਚਾਹੁੰਦਾ ਇਹ ਨਹੀਂ ਵੀ ਆਪਾਂ ਸਪੋਰਟ ਕਰ ਰਹੇ ਹਾਂ ਕੁੜੀਆਂ ਦੀ ਗੱਲ ਜਦੋਂ ਲਾਈਵ ਦੇਖਦੇ ਆ ਉਹਨਾਂ ਦੀ ਜਿਹੜੇ ਮਸੀਹੇ ਬਣੇ ਆ ਉਹਨਾਂ ਨੂੰ ਲੈ ਕੇ ਆ ਜਾਣ ਹੁਣ ਆਏ ਕਰ ਦਾਂਗੇ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਰ ਸਕਦੇ ਕੁਛ ਨਹੀਂ ਕਰ ਸਕਦੇ ਇੱਥੇ ਜਮਾਂ ਵੀ ਨਹੀਂ ਕੁਛ ਉਂਗਲ ਕਰਤੀ ਕੁਛ ਮੂੰਹ ਚੋਂ ਵਰਡ ਨਿਕਲ ਗਿਆ ਛੋਟੇ ਭਰਾ ਤੁਹਾਡੇ ਛੋਟੇ ਜਾਂ ਵੱਡੇ ਹੋਵੋਗੇ ਮੈਥੋਂ ਜ਼ਿਆਦਾ ਸਿਆਣੇ ਹੋਵੋਗੇ ਮੈਂ ਜਿੰਨੀ ਕੁ ਸਿਆਣਾ ਪੜ੍ਹਾ ਸੀ ਉਨੀ ਕੁ ਇੱਥੇ ਗੱਲ ਕਰੀ ਜਾਂਦੇ ਹਾਂ ਕੁਛ ਮੂੰਹ ਚੋਂ ਨਿਕਲ ਗਿਆ ਗਲਤ ਮਲਤ ਆਹ ਕੰਟਰੀ ਦੇ ਵਿੱਚ ਲੈਣੇ ਦੇ ਦੇਣੇ ਪੈਣੇ ਆ ਬਾਈ ਇੱਥੇ ਵੱਡੇ ਵੱਡੇ ਲੈਣੇ ਅਸੀਂ ਦੇਖਿਆ ਅਸੀਂ ਵੱਡੇ ਵੱਡੇ ਫੰਨੇ ਖਾਨ ਦੇਖਿਆ ਜਦੋਂ ਟਿਕਟੋਕ ਦਾ ਦੌਰ ਜਿਹਾ ਚੱਲਿਆ ਨਾ ਮਤਲਬ ਜਦੋਂ ਅਸੀਂ ਇਨਵੋਲਵ ਹੋਏ 2018-19 ਦੇ ਵਿੱਚ ਤੇ ਉੱਥੋਂ ਅਸੀਂ ਵੱਡੇ ਵੱਡੇ ਫਿਲਮ ਦੇਖਿਆ ਫੰਨੇ ਖਾਨ ਬਹੁਤ ਵੱਡੇ ਜਿਹੜੇ ਮਤਲਬ ਅਜਮਾਨ 'ਚ ਵੀ ਰਹਿੰਦੇ ਸੀ ਕੁਛ ਪਤਾ ਹੋਣਾ ਲੋਕਾਂ ਰੱਬ ਨੂੰ ਟੱਬ ਵੀ ਦੱਸਣ ਰੱਬ ਨੂੰ ਟੱਬ ਵੀ ਦੱਸਦੇ ਤੇ ਉਹ ਸੜਕਾਂ ਤੇ ਆ ਕੇ ਲਲਕਾਰੇ ਵੀ ਮਾਰਦੇ ਸੀ ਨਹੀਂ ਉਹ ਇੰਡੀਆ ਨਹੀਂ ਹੈਗਾ ਜਾਂ ਕੈਨੇਡਾ ਜਾਂ ਅਮਰੀਕਾ ਨਹੀਂ ਹੈਗਾ ਉਹ ਦੁਬਈ ਆ ਇੱਥੇ ਨਹੀਂ ਕੁਛ ਕਰ ਸਕਦੇ ਤੁਸੀਂ ਚਾਹ ਕੇ ਵੀ ਨਹੀਂ ਕੁਛ ਕਰ ਸਕਦੇ ਅਗਰ ਕੋਈ ਸਾਨੂੰ ਚੈਲੇਂਜ ਕਰਨਾ ਚਾਹੁੰਦਾ ਬਈ ਅਸੀਂ ਕੁਛ ਕਰ ਸਕਦੇ ਹਾਂ ਤਾਂ ਕਰੋ ਸਾਨੂੰ ਦੱਸੋ ਇੱਥੇ ਕੀ ਕਰ ਸਕਦੇ ਹੋ ਤੁਸੀਂ ਇੱਥੇ ਇੱਥੇ ਅਸੀਂ ਹਾਂ ਦੁਬਈ 'ਚ ਰਹਿ ਕੇ ਕਿਸੇ ਦਾ ਨਾਂ ਲੈ ਕੇ ਵੀਡੀਓ ਬਣਾਓ ਟਾਰਗੇਟ ਕਰੋ ਠੀਕ ਹੈ ਤੁਹਾਨੂੰ ਵਿਦਇਨ 2 ਆਵਰ ਪਤਾ ਲੱਗ ਜੂ
ਜਿਹੜੇ ਸਿਆਣੇ ਬੰਦੇ ਸਮਝਦਾਰ ਬੰਦੇ ਬਿਜ਼ਨਸਮੈਨ ਬੰਦੇ ਇਹਦੇ ਵਿੱਚ ਆਏ ਵੀ ਸੀ ਉਹ ਸਿਆਣੇ ਵੀ ਆ ਸਿਆਣੇ ਵੀ ਆ ਉਹ ਬੋਲ ਕੇ ਉਹਨਾਂ ਨੂੰ ਪਤਾ ਲੱਗ ਗਿਆ ਗੱਡੀ ਗਲਤ ਰਾਹ ਪੈ ਗਈ ਹਾਂ ਉਹ ਸਾਈਡ ਤੇ ਵੀ ਹੋਏ ਸਾਈਡ ਤੇ ਵੀ ਹੋ ਗਿਆ ਅਸੀਂ ਦੇਖਦੇ ਹਾਂ ਕਿਹੜੇ ਕਿਹੜੇ ਸਮਝਦੇ ਨੇ ਜਿਹੜੇ ਰੈਪਿਡ ਬੰਦੇ ਆਏ ਸੀਗੇ ਲਾਈਵ ਦੇ ਵਿੱਚ ਜਾਂ ਬੈਠੇ ਵੀ ਸੀ ਉਹ ਸਾਈਡ ਤੇ ਹੋ ਗਏ ਨੇ ਇਕਦਮ ਮਤਲਬ ਸਿਆਣੇ ਬਾਈ ਪਤਾ ਉਹਨਾਂ ਨੂੰ ਇੱਥੋਂ ਦੀ ਮਾਰਕੀਟ ਇੱਥੋਂ ਦੀ ਗਵਰਨਮੈਂਟ ਦਾ ਪਤਾ ਕਿਵੇਂ ਰਹਿਣਾ ਕਿਵੇਂ ਵੇਚਣਾ ਗਵਰਨਮੈਂਟ ਦੇ ਵਿੱਚ ਜਾਂ ਨਾਟ ਗਵਰਨਮੈਂਟ ਦੁਨੀਆ ਦੇ ਵਿੱਚ ਸਾਰੀ ਇਹ ਹਾਂ ਯਾਰ ਨਹੀਂ ਆਪਾਂ ਕਹਿ ਸਕਦੇ ਸਾਨੂੰ ਵੀ ਨਹੀਂ ਚੰਗਾ ਲੱਗਦਾ ਜੋ ਅੱਜ ਕੱਲ ਵੀਡੀਓ ਬਣਦੀਆਂ ਜੇ ਸਾਡਾ ਪੇਜ ਕੋਈ ਦੇਖੂਗਾ ਤਾਂ ਉੱਤੇ ਬਹੁਤ ਸ਼ਾਰਟਸ ਪਾ ਗਿਆ ਸਾਡੇ ਜੋ ਪਿੱਛੋਂ ਕੈਮਰਾ ਵੱਜਦਾ ਕੁੜੀਆਂ ਦਾ ਹਾਂ ਪਿਛਵਾੜਾ ਦਿਖਾਉਂਦੀਆਂ ਨੇ ਪਿਛਵਾੜਾ ਦਿਖਾਉਂਦੀ ਈਵਨ ਸਾਨੂੰ ਪੋਡਕਾਸਟ ਤੇ ਵੀ ਕੋਈ ਸੰਗ ਨਹੀਂ ਹੈਗੀ ਅਸੀਂ ਹਨਾ ਉਸ ਮਤਲਬ ਅਸੀਂ ਪਾਉਂਦੇ ਹਾਂ ਅਸੀਂ ਆਪਦਾ ਇੱਕ ਚੀਜ਼ ਦਿਖਾਉਂਦੇ ਹਾਂ ਮਤਲਬ ਯਾਰ ਨਹੀਂ ਆਹ ਚੀਜ਼ ਨਹੀਂ ਹੋਣੀ ਚਾਹੀਦੀ ਗਲਤ ਆ ਨਾ ਇੱਥੇ ਅਸੀਂ ਕੁੜੀ ਨੂੰ ਨਾ ਮੁੰਡੇ ਨੂੰ ਅਸੀਂ ਸਪੋਰਟ ਨਹੀਂ ਕਰਨਾ ਚਾਹੁੰਦੇ ਕਿਸੇ ਵੀ ਤਰ੍ਹਾਂ ਦੇ ਜੋ ਗਲਤ ਹੈਗੇ ਨੇ ਗਲਤ ਆ ਤਾਂ ਗਲਤ ਹੈ ਲੇਕਿਨ ਜੋ ਅਸੀਂ ਕੰਟਰੀ 'ਚ ਬੈਠੇ ਹਾਂ ਜੋ ਅਸੀਂ ਕੰਟਰੀ 'ਚ ਬੈਠੇ ਹਾਂ ਅਸੀਂ ਉਹ ਕੰਟਰੀ ਦੇ ਰੂਲਸ ਐਂਡ ਰੈਗੂਲੇਸ਼ਨ ਨੂੰ ਲੈ ਕੇ ਗੱਲ ਕਰ ਰਹੇ ਹਾਂ ਇਸ ਵਕਤ ਕਿਉਂਕਿ ਜਿਹੜੇ ਮੈਨੂੰ ਲੱਗਦਾ ਜਿਹੜੇ ਆਹ ਮਸੀਹੇ ਬਣਦੇ ਨੇ ਇਹਨਾਂ ਦੀਆਂ ਗੱਲਾਂ ਅੱਧੇ ਤਾਂ ਠਰਕੀ ਜੁੜੇ ਹੁੰਦੇ ਨੇ ਯਾਰ ਬਾਲੇ ਯਾਰ ਅੱਧੇ ਠਰਕੀ ਬਾਲੇ ਯਾਰ ਇੱਕ ਕੁੜੀ ਲਾਈਵ ਹੁੰਦੀ ਆ ਦੁਬਈ ਦੀ ਕਿਸੇ ਨੂੰ ਗਲਤ ਨਹੀਂ ਰਿਸਪੈਕਟਡ ਆ ਸਾਰਾ ਮਤਲਬ ਰਿਸਪੈਕਟ ਕਰਦੇ ਸਾਰਿਆਂ ਦੀ ਅਤੇ ਕਿਉਂਕਿ ਹਰ ਇੱਕ ਦਾ ਆਪਦਾ ਆਪਦਾ ਨਜ਼ਰੀਆ ਹੁਣ ਅਗਰ ਆਪਾਂ ਬਹਿ ਕੇ ਕਿਸੇ ਦੇ ਉਂਗਲ ਕਰੀਏ ਉਹਦਾ ਵੀ ਪੁਆਇੰਟ ਵੀ ਹੋ ਸਕਦਾ ਸਹੀ ਹੈ ਨਾ ਕੋਈ ਕੋਈ ਉਹ ਕੁੜੀ ਇੱਕ ਮਿੰਟ ਉਹ ਕੁੜੀ ਨਾ ਲਾਈਵ ਲਾਈਵ ਹੁੰਦੀ ਆ ਅਤੇ ਅੱਛਾ ਸਭ ਤੋਂ ਵੱਡੇ ਖਤਰਨਾਕ ਪਤਾ ਕਿਹੜੇ ਠਰਕੀ ਹੁੰਦੇ ਆ ਜਿਹੜੇ ਦੀਦੀ ਕਹਿੰਦੇ ਆ ਸਾਰਿਆਂ ਨਾਲੋਂ ਵੱਡੇ ਠਰਕੀ ਹੋ ਗਏ ਉਹ ਠਰਕੀ ਉਹਨਾਂ ਦੀ ਉਮਰਾਂ ਲੰਘੀਆਂ ਹੋਈਆਂ ਨੇ ਜਿਹੜੇ ਵੱਡੇ ਠਰਕੀ ਆ ਉਹ ਦੀਦੀ ਕਹਿ ਕੇ ਸੰਬੋਧਨ ਕਰਨਗੇ ਉਹਨੂੰ ਸਮਝ ਗਿਆ ਉਹਨਾਂ ਨੇ ਕਦੇ ਆਪਦੀ ਭੈਣ ਨੂੰ ਕਦੇ ਰੱਖੜੀ ਟਾਈਮ ਤੇ ਪਹੁੰਚੇ ਨਹੀਂ ਹੋਣੇ ਜਾਂ ਕਦੇ ਸ਼ਗਨ ਪਾਇਆ ਨਹੀਂ ਹੋਣਾ ਹਨਾ ਤੇ ਦੀਦੀ ਕਹਿ ਕੇ ਉਹਨੂੰ ਸੰਬੋਧਨ ਕਰਨਗੇ ਠੀਕ ਆ ਓਕੇ ਉਹ ਮਤਲਬ ਉਹ ਸਾਰੀ ਠਰਕ ਕੌਮ ਆ ਇਕੱਠੀ ਹੋਈ ਆ ਜਿਹੜੇ ਤੁਹਾਡੇ ਵਿਊ ਆ ਜਾਣਗੇ ਸਬਸਕ੍ਰਾਈਬਰ ਵੀ ਜੁੜ ਜਾਣਗੇ ਇਹ ਵਧੀਆ ਟੈਕਨੀਕ ਆ ਤੁਸੀਂ ਯੂਜ਼ ਕਰੋ ਸਾਡੇ ਵੱਲੋਂ ਖੁੱਲੀ ਛੁੱਟੀ ਅਸੀਂ ਤਾਂ ਕੌਣ ਹੁੰਦੇ ਹਾਂ ਆਈ ਥਿੰਕ ਇਹ ਟੈਕਨੀਕ ਕੀ ਆ ਵੀ ਸਬਸਕ੍ਰਾਈਬਰ ਵਧਾਉਣ ਦੀ ਜਾਂ ਵਿਊ ਵਧਾਉਣ ਦੀ ਮੈਨੂੰ ਨਹੀਂ ਲੱਗਦਾ ਕਿਉਂਕਿ ਯਾਰ ਬੋਲਦੇ ਆ ਸਾਨੂੰ ਵੀ ਚੰਗਾ ਨਹੀਂ ਲੱਗਦਾ ਬੋਲਦੇ ਆ ਬਟ ਮੈਂ ਨਹੀਂ ਕਹਿ ਸਕਦਾ ਤੂੰ ਨਹੀਂ ਕਰੇਗਾ ਆਫ ਕੋਰਸ ਇਦਾਂ ਆਪਾਂ ਕਿਸੇ ਨੂੰ ਕਹਿ ਹੀ ਨਹੀਂ ਸਕਦੇ ਉੱਠ ਹਾਂ ਠੀਕ ਆ ਮਹੀਨਾ ਹੋ ਗਿਆ ਗੱਲ ਨੂੰ ਹਾਂ ਤੁਸੀਂ ਕਹਿ ਰਹੇ ਹੋ ਮੈਂ ਉਹਨਾਂ ਰਿਪੀਟ ਕਰਦਾ ਅੱਜ ਤੋਂ ਕੁੜੀਆਂ ਨੂੰ ਵਾਰਨਿੰਗ ਆ ਜਿਹੜੀਆਂ ਐਂ ਕਰਦੀਆਂ ਉਹ ਕਰਦੀਆਂ ਖੜ ਕੇ ਅਸੀਂ ਦੁਬਈ ਪੁਲਿਸ ਨੂੰ ਦੱਸਤਾ ਅਸੀਂ ਕਮੇਟੀ ਬਣਾ ਲਈ ਅਸੀਂ ਆਹ ਕਰ ਲਿਆ ਅੱਜ ਤੋਂ ਬਾਅਦ ਕਿਸੇ ਨੂੰ ਲਾਸਟ ਵਾਰਨਿੰਗ ਆ ਜੇ ਕੋਈ ਨਾ ਹੋਵੇ ਇੱਦਾਂ ਹਾਂ ਤੇ ਕੀ ਕੀਤਾ ਫਿਰ ਕੀ ਰਿਜ਼ਲਟ ਰਿਜ਼ਲਟ ਕੀ ਆ ਦੱਸ ਦਿਓ ਮਹੀਨੇ ਦਾ ਇੱਕ ਰਿਜ਼ਲਟ ਦੇ ਦਿਓ ਵੀ ਇੱਕ ਕੁੜੀ ਹਟ ਗਈ ਜਾਂ ਹੋ ਗਈ ਤੁਸੀਂ ਕਿਵੇਂ ਕਿਸੇ ਦਾ ਲਾਈਵ ਰੋਕ ਸਕਦੇ ਹੋ ਕੁਛ ਵੀ ਨਹੀਂ ਕਰ ਸਕਦੇ ਤੁਸੀਂ ਉਹਨੂੰ ਕਹਿ ਸਕਦੇ ਹੋ ਯਾਰ ਉਹ ਲਾਈਵ ਦੇ ਵਿੱਚ ਗਲਤ ਬੋਲਦੀ ਆ ਗਲਤ ਕਰਦੀ ਆ ਭੈਣੇ ਰਿਕੁਐਸਟ ਆ ਜਿਵੇਂ ਤੁਸੀਂ ਭੈਣੇ ਕਹਿੰਦੇ ਹੋ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਹਨਾ ਰਿਕੁਐਸਟ ਆ ਵੀ ਤੂੰ ਹਟ ਜਾ ਰਿਕੁਐਸਟ ਕਰ ਸਕਦੇ ਆ ਬਾਈ ਆਪਾਂ ਨਹੀਂ ਤਾੜ ਕੇ ਕਹਿ ਸਕਦੇ ਕਿਸੇ ਨੂੰ ਵੀ ਤੂੰ ਨਹੀਂ ਕਰੇਗਾ ਰਾਈਟ ਨਹੀਂ ਗਾ ਰਾਈਟ ਯਾਰ ਪਹਿਲਾਂ ਤਾਂ ਆਪਦੀ ਪੀੜ੍ਹੀ ਥੱਲੇ ਸੁੱਟਾ ਤੁਸੀਂ ਬਣ ਜਾਓ ਮਸੀਹੇ ਜਿਹੜੇ ਤੁਸੀਂ ਵਾਰੀਅਰ ਬਣਨਾ ਬਣ ਜਾਓ ਲੇਕਿਨ ਇਹ ਕੰਟਰੀ ਦੇ ਵਿੱਚ ਐਜ਼ ਏ ਤੁਹਾਨੂੰ ਬ੍ਰਦਰ ਮੈਂ ਇੱਕ ਸਲਾਹ ਦੇਣੀ ਚਾਹੁੰਦਾ ਵਾਂ ਅਗਰ ਕਿਸੇ ਦਾ ਨਾਂ ਲੈ ਕੇ ਜਾਂ ਕਿਸੇ ਦੀ ਫੋਟੋ ਲਾ ਕੇ ਜਾਂ ਤੁਸੀਂ ਵੀਡੀਓ ਅਪਲੋਡ ਕਰਦੇ ਹੋ ਇਹਦਾ ਖਮਿਆਜ਼ਾ ਬਹੁਤ ਬੁਰਾ ਵਾ ਠੀਕ ਹੈ ਥੋਤੋਂ ਲਾਏ ਨਹੀਂ ਜਾਣੇ ਪੈਸੇ ਜਿਹੜੇ ਤੁਹਾਨੂੰ ਫਾਈਨ ਮਾਰ ਦਿੱਤਾ ਜਾਊਗਾ ਦੁਬਈ ਗੌਰਮੈਂਟ ਵੱਲੋਂ ਰੂਲਸ ਦੀ ਰਿਸਪੈਕਟ ਕਰਨੀ ਆਪਣਾ ਫਰਜ਼ ਹੈ ਠੀਕ ਹੈ ਅਗਰ ਤੁਸੀਂ ਆਪਦਾ ਫਰਜ਼ ਨਹੀਂ ਸਮਝਦੇ ਉਹ ਕਰਵਾ ਲੈਂਦੇ ਨੇ ਠੀਕ ਹੈ ਨਾ ਜੈਸਾ ਦੇਸ਼ ਵੈਸਾ ਭੇਸ ਹਾਂ ਤੁਸੀਂ ਜਾਓ ਇੰਡੀਆ ਜਾਓ ਕੈਨੇਡਾ ਜਾਓ ਉੱਥੇ ਫਰੀਡਮ ਆ ਤੁਸੀਂ ਬੋਲੋ ਸਾਰਾ ਅਮੈਰੀਕਾ ਜਾਓ ਆਸਟ੍ਰੇਲੀਆ ਜਾਓ ਉੱਥੇ ਜਾ ਕੇ ਬੋਲੋ ਮਸੀਹੇ ਬਣੋ ਅਤੇ ਆਪਣੀ ਤਾਂ ਇਹੀ ਇੱਕ ਫਰਿਆਦ ਸੀ ਮੁੰਡਿਆਂ ਲਈ ਲੇਕਿਨ ਮਹੀਨਾ ਹੋ ਗਿਆ ਗੰਦ ਨੂੰ ਬੰਦ ਕਰ ਦਿਓ ਹੁਣ ਠੀਕ ਹੈ ਨਾ ਜਾਂ ਤਾਂ ਤੁਸੀਂ ਅਗਰ ਚੈਲੰਜ ਕਰਦੇ ਹੋ ਸਾਨੂੰ ਰਿਜ਼ਲਟ ਦੇ ਦਿਓ ਰਿਜ਼ਲਟ ਤੁਹਾਨੂੰ ਦੱਸੋ ਆਇਆ ਕੀ ਆ ਸੈਕਿੰਡ ਗੱਲ ਕਿਉਂ ਓਨਲੀ ਕੁੜੀਆਂ ਮੁੰਡੇ ਕਿੱਥੇ ਗਏ ਮੁੰਡੇ ਕਿੱਥੇ ਗਏ ਮੁੰਡਿਆਂ ਦਾ ਗੰਦ ਨਹੀਂ ਪਾਇਆ ਹੋਇਆ ਹੈ ਮੁੰਡਿਆਂ ਦਾ ਇੱਥੇ ਦੱਸਦਾ ਮੈਂ ਹੁਣ ਏਰੀਏ ਦਾ ਨਾਂ ਵੀ ਲੈ ਕੇ ਦਿਖਾ ਦਿੰਦਾ ਸਰ ਕਿੱਥੇ ਕੀ ਹੁੰਦਾ ਵਾ ਬਾਈ ਜੇ ਚਵਾਤੀ ਹੋ ਗਿਆ ਕੀ ਕਰਦਾ ਕੀ ਕਰਦਾ ਨਹੀਂ ਯਾਰ ਇੱਕ ਇਕੱਲੀ ਕੁੜੀ ਦਾ ਨਾਂ ਲੈਣਾ ਤੇ ਇੱਕ ਮੁੰਡੇ ਦਾ ਲੈਣਾ ਨਾਂ ਜਾਂ ਦੋਨੇ ਕਰੋ ਬਈ ਮੁੰਡੇ ਤੇ ਕੁੜੀਓ ਦੋਨੇ ਸੁਧਰ ਜਾਓ ਹਾਂ ਇਹ ਗੱਲ ਐਂ ਕਰ ਐਂ ਹਟ ਜਾਓ ਕੁੜੀਓ ਸੁਧਰ ਜਾਓ ਕਿਉਂ ਕੁੜੀਓ ਇਕੱਲੀਆਂ ਹਾਂ ਹਾਂ ਬੋਲ ਇਹ ਗੱਲ ਪਤਾ ਛੋਟੇ ਕਿੱਥੋਂ ਤੁਰ ਤੁਰੀ ਸੀ ਇਹ ਦੁਬਈ ਵਾਲੇ ਦੁਬਈ ਤੁਰੀ ਦੁਬਈ ਤੋਂ ਨਹੀਂ ਦੁਬਈ 'ਚ ਇਹਨੂੰ ਬੂਮ ਮਿਲਿਆ ਇਹ ਤੁਰੀ ਬਹਿਰੇਨ ਤੋਂ ਆਈ ਆ ਅੱਛਾ ਉਹ ਕਹਿੰਦਾ ਉਹ ਇੱਕ ਮੁੰਡੇ ਦੀ ਮੈਂ ਵੀਡੀਓ ਦੇਖੀ ਸੀਗੀ ਉਹ ਕਹਿੰਦਾ ਇੱਥੇ ਕੁੜੀਆਂ ਫਿਰਦੀਆਂ ਨੇ ਪਾਕਿਸਤਾਨੀਆਂ ਨਾਲ ਫਿਰਦੀਆਂ ਕਾਲਿਆਂ ਨਾਲ ਫਿਰਦੀਆਂ ਨੇ ਇਹਨਾਂ ਨਾਲ ਫਿਰਦੀਆਂ ਨੇ ਤੈਨੂੰ ਕੀ
ਪੰਜਾਬੀ ਮੁੰਡੇ ਇੱਥੇ, ਮੈਂ ਦੂਜੀ ਕਮਿਊਨਿਟੀ ਦਾ ਨਾਂ ਨਹੀਂ ਲਊਂਗਾ, ਪੰਜਾਬੀ ਮੁੰਡੇ ਵੀ ਫਿਰਦੇ ਆ ਕੁੜੀਆਂ ਨਾਲ, ਦੱਸੋ ਫਿਰ ਦੂਜੀਆਂ ਕੰਟਰੀਆਂ ਦੀਆਂ ਕੁੜੀਆਂ ਨਾਲ, ਕਈਆਂ ਨੇ ਵਿਆਹ ਕਰਾਏ ਹੋਏ ਆ। ਹੈਂ ਇੱਕ ਆ ਲਾਈਵ ਤੇ ਦੇਖੋ ਅੱਧੇ ਡਰਾਈਵਰ ਬੈਠੇ ਹੁੰਦੇ ਨੇ, ਮਤਲਬ ਉਹ ਟਰਾਲਾ ਚਲਾ ਰਹੇ ਨੇ, ਉਹ ਭਾਈ ਤੁਸੀਂ ਲੱਤੜ ਦੋਗੇ ਕਿਸੇ ਨੂੰ ਵਾਈਲਡ ਡਰਾਈਵਿੰਗ, ਸਕਦੇ ਸ਼ੁਕਰ ਕਰੋ ਤੁਹਾਡੀ ਵੀਡੀਓ ਹਲੇ ਪੁਲਿਸ ਤੱਕ ਨਹੀਂ ਪਹੁੰਚੀ ਜਾਂ ਕਿਸੇ ਨੇ ਟੈਗ ਨਹੀਂ ਕੀਤੀ, ਤੁਹਾਡਾ ਲਾਇਸੈਂਸ ਕੈਂਸਲ ਹੋ ਜਾਊਗਾ। ਤੇ ਆਰਾਮ ਨਾਲ ਤਸੱਲੀ ਨਾਲ ਰੋਕੋ, ਲਾਈਵ ਤੇ ਬਹਿ ਜਾਓ, ਨਹੀਂ ਉਹ ਠਰਕ ਲੰਘ ਜਾਣਾ ਬਈ, ਟਾਈਮ ਲੰਘਦਾ ਬਈ, ਠਰਕ ਦਾ ਉਦੋਂ ਬਹਿ ਜਾਓ ਤੁਸੀਂ, ਡਿਊਟੀ ਛੱਡ ਦਿਓ। ਹਾਂ ਜੇ ਉਹੀ ਕਰਨਾ ਵਾ, ਪਰ ਗੱਡੀ ਰੋਕ ਕੇ ਕਰੋ ਮੇਰਾ ਭਰਾ, ਹਾਂ ਚੱਲਦੇ ਟਾਈਮ ਇੱਦਾਂ ਨਾ ਕਰੋ। ਡਰਾਈਵਰੀ ਇੱਕ ਮੰਨੀ ਗਈ ਚੀਜ਼ ਆ ਤੇ ਡਰਾਈਵਰ ਵਧੀਆ ਭਰਾ ਨੇ ਸਾਡੇ ਤੇ, ਲੇਕਿਨ ਥੋੜਾ ਜਿਹੜੇ ਆ ਲਾਈਵ ਵਨ ਦੇ ਵਿੱਚ ਆ ਕੇ ਤੁਸੀਂ ਆਪਦੇ, ਅਗਰ ਤੁਸੀਂ ਵਿਊ ਚਲਾਉਣੇ ਆ, ਵਿਊ ਲੈਣੇ ਆ, ਤੁਸੀਂ ਆਪਦੇ ਆਪਦਾ ਨਾਮ ਖੱਟਣਾ ਚਾਹੁੰਦੇ ਹੋ, ਇੱਕ ਬਹੁਤ ਸਾਰੇ ਮੁੱਦੇ ਨੇ ਇਹੋ ਜਿਹੇ, ਬਹੁਤ ਸਾਰੇ ਟੋਪਿਕ ਨੇ, ਤੁਸੀਂ ਆਓ ਉਹਨਾਂ ਦੇ ਤਰੀਕੇ ਨਾਲ ਮੁੱਦੇ ਤੇ ਬੋਲ ਸਕਦੇ ਹਾਂ ਆਪਾਂ, ਜਿਵੇਂ ਆਪਾਂ ਮੁੱਦਾ ਵਾ ਇਹ ਮੁੱਦੇ ਤੇ ਬੋਲ ਰਹੇ ਹਾਂ, ਆਪਾਂ ਕਹਿ ਨਹੀਂ ਰਹੇ ਬਸ ਵੀ ਇੱਦਾਂ ਕਰੋ ਉੱਦਾਂ ਕਰੋ, ਮੁੱਦੇ ਤੇ ਬੋਲੋ ਯਾਰ। ਆਪਾਂ ਸਾਡੀਆਂ ਵੀਡੀਓ ਦੇਖ ਲਓ, ਚੱਕ ਕੇ ਅਸੀਂ ਬੋਲ ਹੀ ਰਹੇ ਹਾਂ, ਰੋਕ ਹੀ ਰਹੇ, ਜਿਹੜਾ ਕੰਮ ਇਹਨਾਂ ਨੇ ਗਾਲੋਂ ਸਿੱਧਾ ਤੂੰ ਤੂੰ ਮੈਂ ਹੋ ਕੇ ਕਹਿਤਾ, ਆਪਾਂ ਇੱਕ ਟੌਂਟ ਮਾਰ ਕੇ ਜਾਂ ਕਹਿ ਲਾ ਜਾਂ ਹਲੋਰਾ ਦੇ ਦਿੰਦੇ ਹਾਂ ਵੀ ਆਹ ਚੀਜ਼ ਹੋ ਰਹੀ ਆ, ਨਹੀਂ ਪਸੰਦ ਆ ਰਹੀ, ਨਹੀਂ ਪਸੰਦ ਆ ਰਹੀ। ਕੋਈ ਚੰਗਾ ਬੰਦਾ, ਜਿਵੇਂ ਅੱਜ ਕੱਲ ਦੀਆਂ ਕੁੜੀਆਂ ਜਿੱਥੋਂ ਕੈਮਰਾ ਸਟਾਰਟ ਕਰਕੇ ਜਿੱਥੋਂ ਖਤਮ ਕਰਦੀਆਂ ਵਾ, ਚੰਗੇ ਘਰ ਤੇ ਨਹੀਂ ਪਸੰਦ ਆਉਂਦਾ, ਇਹ ਨਹੀਂ ਹੁੰਦਾ ਹਨਾ, ਆਪਾਂ ਨੂੰ ਵੀ ਪਸੰਦ ਨਹੀਂ ਵੀ ਤੁਹਾਡੇ ਕੋਲ ਕੋਈ ਹੋਰ ਚੀਜ਼ ਨਹੀਂ ਦਿਖਾਉਣ ਨੂੰ। ਉਹਨਾਂ ਨੂੰ ਸਿਰਫ ਆਪਾਂ ਵੀਡੀਓ ਪਾ ਕੇ ਆਪਦਾ ਆਪਦੀ ਗੱਲ ਰੱਖ ਸਕਦੇ ਹਾਂ, ਬੋਲਣਾ ਚਾਹੁੰਦੇ ਸੀ ਦਿਲ ਚ ਸੀ ਯਾਰ, ਜਦੋਂ ਕੈਮਰਾ ਟਿਕਟੋਕ ਔਨ ਕਰਨੀ ਆ, ਖੋਲੋ ਤਾਂ ਭੈਣ ਆਹੀ ਲਾਈਵ ਲਾਈਵ ਲਾਈਵ, ਹੁਣ ਹੁਣ ਤੋਂ ਬਹਿ ਗਏ, 5-6 ਵਜੇ ਆ, 1-2 ਵਜੇ ਤੱਕ ਲਾਈਵ ਰਹਿਣਾ ਇਹਨਾਂ ਨੇ, ਉਹ ਭਰਾਵਾ 2-2, 3-3 ਵਜੇ ਤੱਕ। ਮੈਂ ਕਹਿੰਦਾ ਕਿਹੜੇ ਨਹੀਂ ਮਸੀਹਾਂ ਦੀ ਕੱਲਿਆਂ ਦੀ ਗੱਲ ਕਰਦਾ, ਮਸੀਹੇ ਬਹਿੰਦੇ ਨੇ ਉਹ ਤਾਂ, ਜਿਹੜੇ ਦੂਜੇ ਲਾਈਵ ਵਾਲੇ ਵਾਰੀਅਰਸ ਬਹਿੰਦੇ ਨੇ, ਉਹ ਤਾਂ ਸਾਰੀ ਰਾਤ ਸਵੇਰੇ ਵੀ ਬਹਿੰਦੇ ਵਾਰੀਅਰਸ। ਹੁਣ ਆਪਾਂ ਰਿਕੁਐਸਟ ਕਰਦੀ ਆ ਸਾਰੇ ਵਾਰੀਅਰਸ ਨੂੰ, ਵਾਰੀਅਰਸ ਤੁਸੀਂ ਬਹੁਤ ਇੱਜ਼ਤਾਂ ਬਚਾ ਲਈਆਂ ਨੇ, ਠੀਕ ਹੈ, ਤੇ ਸਾਰੇ ਵਾਰੀਅਰਸ ਨੂੰ ਜਿਹੜੇ ਲਾਈਵ ਹੋ ਕੇ ਬਹਿੰਦੇ ਨੇ, ਤਾਂ ਉਹਨਾਂ ਨੂੰ ਮਤਲਬ ਉਹ ਥੋੜਾ ਕੰਟਰੋਲ ਕਰ ਲੈਣ। ਹੁਣ ਸਫਾਇਆ ਹੋ ਚੁੱਕਿਆ ਹੈ ਗੁਨਾਹਾਂ ਦਾ, ਅਸੀਂ ਇੰਨੇ ਸੀਰੀਅਸ ਵਾਲੇ ਬੰਦੇ ਹੈ ਨੀ ਜਿੰਨਾ ਟੌਪਿਕ ਤੇ ਤੁਸੀਂ ਸਭ ਤੋਂ ਬੁਲਾ ਲਿਆ, ਅਸੀਂ ਹੈਗੇ ਹਸਮੁੱਖ ਬੰਦੇ, ਨਾ ਹੀ ਸਾਡਾ ਕੋਈ ਗੁੱਸਾ ਗਿਲਾ ਕਰਿਓ, ਮੈਂ ਥੋੜਾ ਜਿਹਾ ਕਰਨਾ ਚਾਹੀਦਾ ਕਿਉਂਕਿ ਤੁਸੀਂ ਗਲਤ ਬੋਲ ਰਹੇ ਹੋ, ਗਲਤ ਜਾ ਰਹੇ ਹੋ, ਕੋਈ ਤਰੀਕਾ ਹੁੰਦਾ ਕਹਿਣ ਦਾ। ਛੋਟੇ ਛੋਟਾ ਦੁਬਈ ਆ, ਇੱਕ ਵੀਡੀਓ ਪਾ ਸਾਰੇ ਪਾਸੇ ਖਿਲਰ ਜਾਂਦੀ ਆ, ਸਾਰੇ ਪਾਸੇ ਖਿਲਰ ਜਾਂਦੀ ਆ, ਔਰ ਗਿਣਵੇਂ ਚੁਣਵੇਂ ਆਪਣੇ ਪੰਜਾਬੀ ਆ ਯਾਰ, ਪੰਜਾਬੀ ਤੁਹਾਡੇ ਇਕੱਠੇ ਰਿਹਾ ਕਰੋ, ਹਮੇਸ਼ਾ ਅਸੀਂ ਲੱਗਿਆ ਸਪੋਰਟ ਕਰੋ ਇੱਕ ਦੂਜੇ ਦੀ, ਖਲਾਰਾ ਨਾ ਪਾਓ ਯਾਰ ਪੰਜਾਬੀਆਂ ਦਾ, ਜਲੂਸ ਨਾ ਕੱਢੋ। ਜਿਹੜੀ ਗੱਲ ਅਸੀਂ ਦੂਜੇ ਬੰਦਿਆਂ ਨੂੰ ਜਾ ਕੇ ਕਹਿੰਦੇ ਸੀ ਵੀ ਤੁਹਾਡੇ ਵਾਲੇ ਲਾਈਵ ਤੇ ਇੱਦਾਂ ਕਰਦੇ ਆ, ਅੱਜ ਮੁੜ ਕੇ ਗੱਲਾਂ ਸਾਨੂੰ ਕਹੀਆਂ ਜਾਣ ਲੱਗ ਗਈਆਂ, ਆਹ ਬੈਠੇ ਤੁਹਾਡੇ ਪੰਜਾਬੀ ਆਹ ਦੇ ਲੜੀ ਜਾਂਦੇ ਹੈ ਕਿ ਨਹੀਂ, ਉਹੀ ਗੰਦ ਬਕਦੇ, ਉਹੀ ਚੀਜ਼, ਉਹ ਕੁੜੀ ਮੁੰਡੇ ਨਾਲ, ਉਹ ਉਧਰਲਾ ਗਰੁੱਪ, ਭਰਾਵਾ ਗਰੁੱਪ ਬਣੇ ਹੋਏ ਨੇ, ਗਰੁੱਪ ਬਣ ਗਏ। ਕੱਲ ਇੱਕ ਲੜਾਈਆਂ ਚੱਲਦੀਆਂ ਨੇ ਲਾਈਵ ਦੇ ਵਿੱਚ ਬੈਠ ਕੇ ਦੇਖ ਤੂੰ, ਕੱਲ ਅੱਧੇ ਨਾਮ ਹੀ ਨਹੀਂ ਯਾਦ ਯਾਰ, ਮੈਂ ਤਾਂ ਜਸਟ ਲਾਈਵ ਦੇਖਦਾ ਵਾਂ, ਉੱਥੇ 7-8 ਜਣੇ ਬੈਠੇ ਹੁੰਦੇ ਆ, ਉਹਦੇ ਵਿੱਚ ਇੱਕ ਕੁੜੀ ਬੋਲਣ ਲੱਗੀ ਹੋਈ, ਠੀਕ ਆ ਫਿਰ ਹੁਣ ਤੋਂ, ਕੱਲ ਦੀ ਗੱਲ ਆ ਇਹ, ਜੇ ਤੁਸੀਂ ਬਣਾਇਆ ਗਰੁੱਪ ਮੈਂ ਵੀ ਬਣਾਉਣੀ ਆ ਕੱਲ ਤੋਂ, ਚਲੋ ਜੀ ਹੈਂ, ਅਸੀਂ ਕੁੜੀਆਂ ਦਾ ਗਰੁੱਪ ਬਣਾਵਾਂਗੇ, ਅਸੀਂ ਲਾਈਵ ਤੇ ਬੈਠਾ ਕਰਾਂਗੇ। ਉਹਦੇ ਵਿੱਚ ਇੱਕ ਮੁੰਡਾ ਬੋਲਿਆ, ਹਾਂ ਭੈਣੇ ਤੂੰ ਘਰ ਦੇਖਦੇ ਆ ਫਿਰ ਕਿਹੜਾ ਮੁੰਡਾ ਤੁਹਾਡੇ ਲਾਈਵ ਦੇ ਵਿੱਚ ਆਉਂਦਾ, ਆਹ ਕਿਹੜੀਆਂ ਲੜਾਈਆਂ ਹੋ ਗਈਆਂ। ਉਹ ਤੁਸੀਂ ਕੁਛ ਨਹੀਂ ਕਰ ਸਕਦੇ ਲਾਈਵ ਦੇ ਵਿੱਚ, ਗਾਲੋ ਗਲੋਚ, ਅਗਰ ਤਾਂ ਗਾਲ ਵੀ ਤੁਸੀਂ ਉਹਨੂੰ ਕੱਢ ਸਕਦੇ ਹੋ ਜਿਹੜਾ ਆਟੋ ਦੁਬਈ ਬੈਠਾ ਹੋਇਆ, ਠੀਕ ਹੈ ਨਾ, ਅਗਲੇ ਨੇ ਸਕਰੀਨ ਰਿਕਾਰਡ ਕਰਕੇ ਤੁਹਾਡੀ ਗਾਲ ਦੀ, ਦੁਬਈ ਵਾਲੇ ਨੂੰ ਅਗਰ ਤੁਸੀਂ ਕੱਢੋਗੇ ਵੀ ਨਾ, ਤਾਂ ਤੁਹਾਡੀ ਸਕਰੀਨ ਰਿਕਾਰਡ ਅਗਰ ਕਿਸੇ ਨੇ ਕਰ ਲਈ ਗਾਲ ਕੱਢਦੇ ਨੂੰ ਦੁਬਈ ਵਾਲੇ ਨੂੰ, ਤੇ ਹਿਸਾਬ ਲਾ ਲਿਓ ਤੁਹਾਡਾ, ਮਤਲਬ ਉੱਥੇ ਮਾਫੀਆਂ ਮੰਗਦੇ ਫਿਰੋਗੇ, ਵੱਡੀਆਂ ਗੱਲਾਂ ਚਲੀਆਂ ਜਾਂਦੀਆਂ ਵੱਡੀਆਂ। ਇਹ ਸੱਚ ਆ, ਇਹ ਨਹੀਂ ਹੈਗਾ ਤਾਂ ਪਰਖ ਕੇ ਦੇਖ ਲਿਓ, ਜੋ ਕੇ ਦੇਖ ਲਿਓ, ਖਤਮ ਕਰ ਦਿਓ, ਖਤਮ ਕਰ ਦਿਓ, ਖਤਮ ਕਰੋ ਯਾਰ, ਖਤਮ ਕਰੋ, ਨਾਰਮਲ ਵੀਡੀਓ ਪਾ ਰਿਆ ਕਰੋ ਬਾਈ, ਹਟ ਜਾਓ, ਆਹ ਕੁੜੀ ਨੂੰ ਕਹਿ ਦਿਓ ਤੁਸੀਂ ਵੀ ਹਟ ਜਾ ਬਾਈ, ਗੱਲ ਖਤਮ। ਇਹ ਤੇ ਅਸੀਂ ਆਹ ਟੌਪਿਕ ਦਾ ਅਸੀਂ ਐਂਡ ਕਰਦੇ ਹਾਂ, ਨਾ ਤਾਂ ਅਸੀਂ ਇਦੋਂ ਕੋਈ ਬਾਅਦ ਵੀਡੀਓ ਬਣਾਉਣੀ ਆ ਇਹਦੇ ਤੇ, ਤੇ ਨਾ ਕੋਈ ਅਸੀਂ ਆਪਦਾ ਇੱਕ ਪੈਟਰਨ ਰੱਖਿਆ ਹੋਇਆ, ਸਾਡਾ ਸੋਸ਼ਲ ਮੀਡੀਆ ਜਾ ਕੇ ਚੈੱਕ ਕਰ ਲਿਓ, ਯੂਟਿਊਬ ਵਗੈਰਾ ਜਾਂ ਫੇਸਬੁੱਕ ਹਨਾ ਜਾਂ ਇੰਸਟਾਗ੍ਰਾਮ ਜਾ ਕੇ ਚੈੱਕ ਕਰ ਲਿਓ, ਸਾਡਾ ਅਲੱਗ ਪੈਟਰਨ ਆ, ਅਸੀਂ ਆਪਦਾ ਅਲੱਗ ਲੱਗੇ ਹੋਏ ਹਾਂ ਅਸੀਂ, ਲੇਕਿਨ ਅਸੀਂ ਆਹ ਮੁੱਦੇ ਦੇ ਮੌਕੇ ਵੀਡੀਓ ਬਣਾਉਣੀ ਲਾ, ਇੰਨੇ ਫੇਮਸ ਨਹੀਂ ਵੀ ਸਾਡੀ ਅੱਜ ਭਾਈ ਪਟਕ ਦੇਣੇ ਚੱਲੀ ਗਈ ਹਰ ਇੱਕ ਕੋਲ, ਬਟ ਜਿਹਨੂੰ ਵੀ ਕੋਈ ਗੁੱਸਾ ਹੋਊਗਾ ਮੇਰਾ ਭਰਾ, ਵੀ ਅਸੀਂ ਯਾਰ ਲੜਨ ਵੜਨ ਵਾਲੇ ਹੈ ਨਹੀਂ ਗੇ, ਵੀ ਅਸੀਂ ਬੜੇ ਹੱਸਮੁੱਖ ਵਾਲੇ।